लोक इंसाफ पार्टी के सिमरजीत सिंह बैंस ने बड़े आरोप लगाते हुए कहा कि पंजाब पुलिस और सत्ताधारी आपस में मिले हुए हैं, इनकी करनी और कथनी में अंतर है। यह लोग अगर दिन से चाहे तो नशा दिनों में खत्म हो सकता है। उन्होंने पंजाब पुलिस के DGP सुरेश अरोड़ा पर बड़ा इल्जाम लगाते हुए कहा कि सुरेश अरोड़ा के नशा बेचने वालों के साथ संबंध हैं। इसके साथ ही पुलिस के कई बड़े अफसर और इंस्पेक्टरों को नशा तस्करों के साथ संबंध हैं, इसलिए नशे की सप्लाई बंद नहीं हो पा रही, पंजाब की जवानी खत्म हो रही है। फिरोजपुर से सुखचैन सिंह की रिपोर्ट। ਭੁੱਲਰ ਸਾਹਿਬ ਦੇ ਸਾਥੀਆਂ ਨੇ ਬਹੁਤ ਵੱਡਾ ਇੱਕ ਰੋਸ ਪ੍ਰਦਰਸ਼ਨ ਰੱਖਿਆ ਚਿੱਟੇ ਦੇ ਵਰਖਲਾਫ ਐਂਡ ਪੰਜਾਬ ਦੀ ਧਰਤੀ ਦੇ ਉੱਤੇ 2013 ਤੋਂ ਚਿੱਟਾ ਆਇਆ ਅਤੇ ਦਿਨ ਪ੍ਰਤੀ ਦਿਨ ਮਹੀਨਾ ਦਰ ਮਹੀਨਾ ਸਾਲ ਦਰ ਸਾਲ ਵੱਧਦਾ ਹੀ ਤੁਰਿਆ ਗਿਆ ਅਤੇ ਅੰਤ ਨੂੰ ਜੱਬੇ ਬਾਣ ਲੱਗ ਗਿਓ ਤੱਬੇ ਰੋਸ ਜਾਗ ਗਿਓ ਜਿਸ ਤਨ ਲੱਗ ਗਿਆ ਸੋਈ ਜਾਣੇ ਜਦੋਂ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਜਦੋਂ ਲਾਸ਼ਾਂ ਦੇ ਉੱਤੇ ਮਾਵਾਂ ਦੇ ਬਹਿਣ ਪੈਣ ਲੱਗੇ ਆ ਭਰਾਵਾਂ ਦੀਆਂ ਲਾਸ਼ਾਂ ਅਤੇ ਭੈਣਾਂ ਦੇ ਬੈਣ ਪੈਣ ਲੱਗਿਆ ਫਿਰ ਇਹ ਸਮਾਜ ਜਿਹੜਾ ਪੰਜਾਬੀ ਲੋਕ ਆਪ ਮੁਹਾਰੇ ਸੜਕਾਂ 'ਤੇ ਆਏ ਆ ਸੋ ਇਸ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਅੱਜ ਅਸੀਂ ਫਿਰੋਜ਼ਪੁਰ ਦੇ ਵਿੱਚ ਸਾਰੇ ਧਰਮਾਂ ਨਾਲ ਸਾਰੀਆਂ ਪਾਰਟੀਆਂ ਨਾਲ ਮੰਨਣ ਵਾਲੇ ਸਾਰੀਆਂ ਪਾਰਟੀਆਂ ਨਾਲ ਚੱਲਣ ਵਾਲੇ ਲੋਕਾਂ ਨੇ ਇੱਕ ਚਿੱਟੇ ਦੇ ਵਰਖਲਾਫ ਉਹ ਚਿੱਟਾ ਜਿਹਨੂੰ ਪੁਸ਼ਤ ਪਨਾਈ ਸਰਕਾਰਾਂ ਦੀ ਆ ਉਹ ਚਿੱਟਾ ਜਿਹੜੀ ਪੁਲਿਸ ਵਿਕਾ ਰਹੀ ਹੈ ਉਹ ਚਿੱਟਾ ਜਿਹਨੂੰ ਪੰਜਾਬ ਪੁਲਿਸ ਦਾ DGP ਇਹ ਬੈਂਸ ਨਹੀਂ ਕਹਿ ਰਿਹਾ SIT ਬਣੀ ਹਾਈ ਕੋਰਟ ਦੇ ਆਦੇਸ਼ਾਂ 'ਤੇ IPS ਅਧਿਕਾਰੀ ਚੱਟੋਪਾਧਿਆ ਦੀ ਰਿਪੋਰਟ ਦੇ ਵਿੱਚ ਆ ਗਿਆ ਕਿ ਪੰਜਾਬ ਪੁਲਿਸ ਦਾ DGP ਸੁਰੇਸ਼ ਅਰੋੜਾ ਚਿੱਟਾ ਵੇਚਣ ਵਾਲੇ ਵੱਡੇ ਸਮਗਲਰਾਂ ਦਾ ਸਾਥੀ ਹੈ ਸੋ ਜੇ ਪਰਿਵਾਰ ਦੇ ਵਿੱਚ ਬਾਪ ਬੇਈਮਾਨ ਹੋਵੇ ਉਹਦੇ ਪੁੱਤ ਕਦੇ ਇਮਾਨਦਾਰ ਨਹੀਂ ਹੁੰਦੇ ਅੱਜ ਪੰਜਾਬ ਪੁਲਿਸ ਦਾ DGP ਖੁਦ ਚਿੱਟਾ ਤਸਕਰਾਂ ਦੇ ਨਾਲ ਸੰਬੰਧਾਂ ਦੇ ਵਿੱਚ ਆ ਗਿਆ ਅਤੇ ਕੀ ਆਸ ਕਰਦੇ ਹਾਂ ਵੀ ਚੌਂਕੀਆਂ ਦੇ ਇੰਚਾਰਜ ਥਾਣਿਆਂ ਦੇ SHO DSP SP SSB ਉਹ ਕਿਵੇਂ ਚਿੱਟਾ ਬੰਦ ਕਰਾ ਜਾਣਗੇ ਸੋ ਸਾਡੀ ਇਹ ਡਿਮਾਂਡ ਹੈਗੀ ਆ ਕਿ ਪੰਜਾਬ ਦੀ ਧਰਤੀ ਤੋਂ ਚਿੱਟਾ ਖਤਮ ਕਰਨ ਵਾਸਤੇ ਕਾਲੀਆਂ ਭੇਡਾਂ ਖਾਕੀ ਵਰਦੀ ਦੇ ਵਿੱਚ ਰਾਜਜੀਤ ਸੁਰੇਸ਼ ਅਰੋੜਾ ਢਿੱਲੋਂ DSP ਇੰਦਰਜੀਤ ਇੰਸਪੈਕਟਰ ਸੈਂਕੜੇ ਹਜੇ ਹੋਰ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਬੈਠੇ ਜਿੰਨੀ ਦੇਰ ਤੱਕ ਸੁਰੇਸ਼ ਅਰੋੜਾ ਜੀ ਦੇ ਸੰਬੰਧ ਤਲਕਾਤ ਚੱਟੋਪਾਧਿਆ SIT ਕਮੇਟੀ ਦੀ ਰਿਪੋਰਟ ਦੇ ਵਿੱਚ ਵੱਡੇ ਸਮਗਲਰਾਂ ਦੇ ਨਾਲ ਆ ਚੁੱਕਿਆ ਉਹਨੂੰ ਤੁਰੰਤ ਸਰਕਾਰ ਅਹੁਦੇ ਤੋਂ ਬਰਖਾਸਤ ਕਰਦੇ ਹੋਏ ਸਖਤ ਕਾਰਵਾਈ ਕਰੇ ਤਾਂ ਜੋ ਪੰਜਾਬ ਦੇ ਅੰਦਰ ਸਿਰਫ ਕਹਿਣ ਵਾਸਤੇ ਨਹੀਂ ਕਿ ਅਸੀਂ ਚਿੱਟੇ ਦੀ ਪਾਈਪਲਾਈਨ ਤੋੜਦੀ ਚਿੱਟਾ ਖਤਮ ਹੋ ਗਿਆ ਅੱਜ ਅਖਬਾਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਪੰਜਾਬ ਦੇ ਅੰਦਰ ਅੱਗੇ ਕਿਸਾਨ ਖੁਦਕੁਸ਼ੀਆਂ ਦੀਆਂ ਫੋਟੋਆਂ ਛਪਦੀਆਂ ਸੀ ਅਤੇ ਹੁਣ ਅਖਬਾਰਾਂ ਦੇ ਕਾਲਮ ਦੇ ਵਿੱਚ ਕਦੇ 3 ਕਦੇ 4 ਕਦੇ 5 10-10 ਨੌਜਵਾਨਾਂ ਦੀਆਂ ਫੋਟੋਆਂ ਜਿਹੜਾ ਚਿੱਟੇ ਦੇ ਦੈਂਤ ਖਾਂਦਾ ਨੌਜਵਾਨਾਂ ਨੂੰ ਉਹਦੇ ਕਰਕੇ ਛਪ ਰਹੀਆਂ ਨੇ ਸੋ ਸਾਡੀ ਇਹ ਸਮਾਜਿਕ ਏਕਤਾ ਮੇਰੀ ਸਮੂਹ ਪੰਜਾਬੀਆਂ ਨੂੰ ਇੱਕ ਅਪੀਲ ਅਤੇ ਬੇਨਤੀ ਹੈ ਕਿ ਆਪਣਾ ਸਮਾਜਿਕ ਏਕਤਾ ਨਾ ਤੋੜਿਓ ਜੇ ਪੰਜਾਬ ਦੀ ਧਰਤੀ ਤੋਂ ਚਿੱਟਾ ਖਤਮ ਕਰਨਾ ਜੇ ਸਰਕਾਰਾਂ ਨੇ ਅਤੇ ਪੁਲਿਸ ਨੇ ਚਿੱਟਾ ਖਤਮ ਕਰਨਾ ਹੁੰਦਾ ਅਤੇ 2000 ਤੋਂ ਲੈ ਕੇ 2018 ਤੱਕ ਦਿਨ ਪ੍ਰਤੀ ਦਿਨ ਚਿੱਟਾ ਵੱਧਦਾ ਨਾ ਸੋ ਇਹ ਸਮਾਜ ਅਤੇ ਪੰਜਾਬੀ ਲੋਕ ਇਕੱਠੇ ਹੋਏ ਆ ਅਸੀਂ ਇਸ ਪੰਜਾਬੀਆਂ ਦੀ ਮੁਹਿੰਮ ਨੂੰ ਇੱਕ ਇਲਜ਼ਾਮ ਅਤੇ ਸਿੱਟੇ ਦੇ ਰੂਪ ਦੇ ਵਿੱਚ ਲਿਜਾ ਕੇ ਸਮਾਪਤ ਕਰਾਂਗੇ ਪੰਜਾਬ ਦੀ ਧਰਤੀ ਤੋਂ ਚਿੱਟਾ ਖਤਮ ਕਰਕੇ ਦਮ ਲਵਾਂਗੇ ਸੋ ਅੱਜ ਦੀ ਜਿਹੜੀ ਰੈਲੀ ਹੈਗੀ ਇੱਕ ਤਾਂ ਜਾਗਰੂਕਤਾ ਚਿੱਟੇ ਦੇ ਵਿਰੋਧ ਦੇ ਵਿੱਚ ਅਤੇ ਦੂਸਰਾ ਚਿੱਟਾ ਵੇਚਣ ਵਾਲੇ ਲੋਕਾਂ ਨੂੰ ਇੱਕ ਸਮਾਜਿਕ ਚੇਤਾਵਨੀ ਹੈਗੀ ਵੀ ਬੰਦੇ ਦੇ ਪੁੱਤ ਬਣ ਜਾਓ ਤੁਸੀਂ ਉਹਨਾਂ ਪੁਲਿਸੀਆਂ ਨੂੰ ਚੇਤਾਵਨੀ ਆ ਜਿਹੜੇ ਚਿੱਟਾ ਵੇਚਣ ਵਾਲੇ ਸਮਗਲਰਾਂ ਦੇ ਪਾਰਟਨਰ ਅਤੇ ਹਿੱਸੇਦਾਰ ਬਣੇ ਹੋਏ ਆ ਕਿ ਤੁਸੀਂ ਬਾਜ ਆ ਜਾਓ ਨਹੀਂ ਤੁਹਾਡਾ ਹਾਲ ਅਤੇ ਹਸ਼ਰ DSP ਢਿੱਲੋਂ ਇੰਦਰਜੀਤ ਵਰਗਾ ਅਤੇ ਰਾਜਜੀਤ SSP ਵਰਗਾ ਹੋਏਗਾ ਤੁਸੀਂ ਖਾਕੀ ਨੂੰ ਬਦਨਾਮ ਨਾ ਕਰੋ ਬੋਲੇ